जप जप तुत निंदकार परम वाहिगुरु जी की फतेह। श्री भगवान की सहाय
ਵਾਹਿਗੁਰੂ ਪਾਤਸ਼ਾਹੀ ਦਸਵੀਂ ਪ੍ਰਥਮ ਪਵਿੱਤਰ ਸਿਮਰਤਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਦੇ ਮੰਦਾ ਸ੍ਰਾਮ ਸਭ ਸਹਾਇ ਅਰਜਨ ਗੋਬਿੰਦ ਨੂੰ ਸਿਮਰ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਨਕ ਦਿਆਵਤ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਪਿਤਾ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚੌੜੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਨੇ ਕਲਾਈ ਦੀ ਗਵਾਹੀ ਦੇਖ ਕੇ ਅੰਡ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਈ ਖੋਪੜੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਈ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਨੀ ਬੋਲੋ ਜੀ ਪੰਜਾਂ ਕਰਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਕੋਸ਼ਿਸ਼ ਕਰਕੇ ਆਪਦੇ ਚਰਨਾਂ ਵਿੱਚ ਨਿਵਾਸ ਦੇਣਾ ਪਿੱਛੇ ਪਰਿਵਾਰ ਨੂੰ ਸਾਖ ਸੰਬੰਧ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਕੇ ਨਾਮ ਦਾ ਆਸਰਾ ਬਖਸ਼ਿਸ਼ ਕਰਨਾ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ੋ ਸੇ ਪਿਆਰੇ ਮੇ ਜਿਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਸੁਥਾਨ ਧਨ ਹੋਏ ਭਵਨਾ ਜਾਮਾ ਸੰਤ ਪਸਾਰੇ ਜਨ ਨਾਨਕ ਕੇਸ਼ਵ ਦਾ ਪੂਰ ਹੋ ਠਾਕੁਰ ਭਗਤ ਤੇਰੇ ਨਮਸਕਾਰੇ ਧਨ ਸੁਥਾਨ ਧਨ ਹੋਏ ਭਵਨਾ ਜਾਮਾ ਸੰਤ ਬਸਾਰੇ ਜਨ ਨਾਨਕ ਦੇ ਸਰਦਾ ਪੂਰ ਹੋ ਠਾਕੁਰ ਭਗਤ ਤੇਰੇ ਨਮਸਕਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਗੁਰਜੀਤ ਸਿੰਘ ਦੇ ਖਾਣੀ ਰਹੇ ਸਾਰੇ ਜ਼ਿੰਦਗੀ ਦੇ ਵਿੱਚ ਚੰਗੇ ਪਰਿਵਾਰ ਦੇ ਵਿੱਚ ਜਨਮ ਹੋਇਆ ਚੰਗੀ ਪ੍ਰੋਗਰੈਸ ਹੋਈ ਐਜੂਕੇਸ਼ਨ ਹੋਈ ਕਾਰੋਬਾਰ ਹੋਏ ਇਹ ਸਾਰੇ ਹੀ ਰੁਪਇਆਂ ਦਾ ਖਾਣੀ ਰਹੇ ਸਿੰਘ ਜੀ ਉਹ ਗੁਰੂ ਦੀ ਗੋਦ ਵਿੱਚ ਆਉਣ ਸੰਤ ਬਾਬਾ ਗੁਲਾਬ ਸਿੰਘ ਭੋਲੀਆ ਤੋਂ ਪਾਤਸ਼ਾਹ ਭਾਈ ਜਗਵਿੰਦਰ ਸਿੰਘ ਜੀ ਜੋ ਸਵਾਲ ਮਾਰ ਰਹੇ ਨੇ ਉਹਨਾਂ ਵੱਲੋਂ ਪਹਿਲਾਂ ਬਜ਼ੁਰਗਾਂ ਨੂੰ ਸਰਦਾਰ ਕਿਸ਼ਨ ਸਿੰਘ ਜੀ ਨੂੰ ਗੁਰਸਥਾਨ ਵੱਲੋਂ ਗੁਰਦਰਸ਼ਨ ਸੇਵਾ ਜੋ ਅਕਾਲ ਪੁਰਖ ਦਾ ਮੰਦਿਰ ਹੈ
पर एक उस अकाल पुरख की कृति है, उसकी रचना है, उसकी उपज है। जिस तरह किसान अपनी फसल में कच्ची वटे चाहे पक्की वटे, इस तरह अकाल पुरख के जीवन की तो ये आओ शब्द है, ज्यों ज्यों तेरा हुक्म तेरे तो होना, जमें अकाल पुरख का हुक्म होंगे उसे पर ही होना होंगे है। जिस हाथ तो सुना ही चारा अकाल पुरख की जैसा नमस्कारा नमस्कार कर सकते हैं। अपने जीवन के जो जीवन जिंदगी मिली है अकाल पुरख का जन्म ही है, अपने जीवन इस जीवन इस जिंदगी इस जीवात्मा शुभ कर्म के लिखे जाने वास्ते, क्योंकि पता नहीं जो जो इस ये पुराने संसार के आया है किनिया जीवन पटदा पटदा सब कुछ जैसे मनुखा की बख्श की है। अकाल पुरख वाहिगुरु कहते हैं कि मिल जगदीश मिलन की वरिया चिरंकाल है, बड़े चिरा तो बाद तेरी देह की सजना हुई है। पता नहीं कितने कितने भटकदा कई जन्म भय कीट पतंगा, कई जन्म गज मीन करंगा, गद हाथी क्या है मीन मच्छी क्या है करंगा कीड़े आदि क्या गया, कई जन्म जन्म है जोयो ब्रिश आदि बनया है कीड़े आदि बनया है अनेका जन्म भटकता रहा है। कि अकाल पुरख वाहिगुरु लाहौरिया पंखे में समान करते हैं कि मिल जगदीश मिलन की वरिया, वारी है अकाल पुरख जगदीश परमेश्वर में वास्ते अकाल पुरख वाहिगुरु के नाम के नाम लिखा जाए। गुरु मंत्र का जाप, गुरु मंत्र का जाप माला माला जिन्ना भी समा लगता है जाप के उस स्वास्थ्य में उस जिंदगी में संख्या करना है। यदन करिए जगत अकाल पुरख वाहिगुरु ने साझा पूरा करना है, क्योंकि अभी यदन कर सकते हैं उस कहते न सको जिन्हें अकाल पुरख वाहिगुरु की सुविधा समझ लिया है, इस जिंदगी के मनोरथ को समझ लिया है। जिन्नी पछाता हर जनता के नारा रोना जिन्होंने हाथों को कुछ लिया है उन्हें पाने नाम के लिए
Thank you.
नाम भेज परेशानी
आसमान
की बात बख्शन देखा, अब की बात बख्श बंदे को बहुत ना बहुत ना पहुंचेगा। राम करने वाला तीजा आनंद को काज सत प्रसाद, आनंद पया में आए सतगुरु मैं पार, सतगुरु का पाया सहज मन वधिया भरा, रात के तन पर रात भरना सब ਧਰਕੇ ਖਾਲਸਾ ਜੀ ਬੋਲੋ ਜੀ
ਜਿੰਨਾ ਸੀ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਈ ਖੋਪੜੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਈ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਨੀ ਬੋਲੋ ਜੀ ਪੰਜਾਂ ਕਸਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਕਹਿੰਦੇ ਆਵੇ ਕਿਰਤਾਂ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਸ਼ਾਲਿਆ ਕੋਈ ਦੇਵ ਦੇਵ ਫਤਿਹ ਗੁਰੂ ਕੀ ਪੈ ਪੰਤ ਕੀ ਜੀਤ ਸ੍ਰੀ ਸਾਹਿਬ ਨੇ ਸਹਾਈ ਖਾਲਸੇ ਜੀ ਕੇ ਗੁਰਬਾਣੀ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇ ਸਦਾਨ ਰਮਦਾਨ ਮੇਗਦਾਨ ਸਹਦਾਨ ਪ੍ਰਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਜੰਮੀਆਂ ਝੰਡੇ ਹੁੰਦੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਵਾਹਿਗੁਰੂ ਜੀ ਮਤਦਾਰਾਂ ਦਾ ਮਹਾਕਾਲ ਪੁਰਖ ਵਾਹਿਗੁਰੂ ਹੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਾਂ ਦਾ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਅਰਦਾਸ ਬੇਨਤੀ ਹੈ ਸਤਿਗੁਰੂ ਜਿਉਂ ਜੋ ਤੇਰਾ ਹੁਕਮ ਸੰਸਾਰ ਦੀ ਯਾਤਰਾ ਕਰਦੇ ਹੋਏ ਪਰਲੋਕ ਪਿਆਰੇ ਕਰਗੇ ਸਨ ਉਹਨਾਂ ਦੇ ਆਤਮਾ ਦੀ ਸ਼ਾਂਤੀ ਲਈ ਪ੍ਰਵਾਨ ਰਹੀਆਂ ਗੁਰਬਾਣੀ ਦੇ ਅਖੰਡ ਜਾਪ ਕਰਵਾਈ ਗਈ ਉਪਰੰਤ ਅੰਤੇ ਸਤਿਗੁਰ ਬੋਲਿਆ ਮੈਂ ਪੁੱਛਿਆ ਕੀਰਤਨ ਕਰਿਓ ਹੋ ਨਿਰਵਾਣ ਜੀਓ ਦੇ ਮਹਾਂਵਾਕ ਅਨੁਸਾਰ ਆਪ ਜੀ ਕਿਰਪਾ ਮਤਰਕਾਰ ਸ਼ਬਦ ਕੀਰਤਨ ਹੋਏ ਨੇ ਮਹਾਰਾਜ ਰਾਜੇ ਸਿੰਘਾਂ ਪਾਸੋਂ ਗੁਰਬਾਣੀ ਦੇ ਸ਼ਬਦ ਕੀਰਤਨ ਗਾਇਨ ਕਰਦੇ ਹਾਂ ਪਾਠੀ ਸਿੰਘਾਂ ਪਾਸੋਂ ਗੁਰਬਾਣੀ ਦੇ ਜਾਪ ਕਰਦੇ ਹਾਂ ਸੇਵਕ ਪਰਿਵਾਰ ਸੇਵਾਦਾਰਾਂ ਤੋਂ ਸੇਵਾ ਨਿਭਾਉਂਦੇ ਹਾਂ ਬੇਅੰਤ ਹੀ ਰੁਕਣਾ ਰਹਿ ਜਾਂਦੀਆਂ ਮਹਾਰਾਜ ਆਪ ਸਿੰਧ ਹੋ ਜੀ ਬਖਸ਼ ਲੈਣਾ ਅੱਗੇ ਵਾਸਤੇ ਸੁਮਤ ਦੇਣੀ ਸੇਵਾ ਕੀਤੀ ਥਾਈ ਪਾਉਣੀ ਗੁਰਬਾਣੀ ਪੜੀ ਸੁਣੀ ਸਤਖੰਡ ਪ੍ਰਵਾਨ ਕਰਨੀ ਜੀ ਇਸ ਮਹਾਨ ਬਾਣੀ ਦਾ ਫਲ ਆਦੇਸ਼ ਵਿਸ਼ਵ ਨੂੰ ਬਖਸ਼ਿਸ਼ ਕਰਕੇ ਆਪਣੇ ਚਰਨਾਂ ਵਿੱਚ ਨਿਵਾਸ ਦੇਣਾ ਪਿੱਛੇ ਪਰਿਵਾਰ ਨੂੰ ਸਾਥ ਸੰਬੰਧ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਕੇ ਨਾਮ ਦਾ ਆਸਰਾ ਬਖਸ਼ਿਸ਼ ਕਰਨਾ ਆਈਆਂ ਸਿੱਖ ਸੰਗਤਾਂ ਦੀ ਹਾਜ਼ਰੀ ਤਿਲ ਫੁਲ ਕੇ ਢਾਵਾਂ ਦਾ ਪ੍ਰਵਾਨ ਕਰਨੀਆਂ ਦਰੋਂ ਕਹੋਂ ਸਿੱਖੀ ਸਿਲਕ ਭਰੋਸਾ ਦਾਨ ਨਾਮ ਦੀ ਦਾਤ ਦੇਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਮਹਾਰਾਜ ਉਗਦੇ ਸਮੇਂ ਆਪ ਜੀ ਦੇ ਸੇਵਕ ਪਰਿਵਾਰ ਵੰਨੀਆਂ ਬੇਅੰਤ ਪਰਿਵਾਰ ਹੋਇਆ ਪ੍ਰਸਾਦ ਸਮੂਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜਿਸ ਮੁਖ ਪਵੇ ਆਪ ਜੀ ਦਾ ਨਾਮ ਲੱਭੇ ਮਹਾਰਾਜ ਕਿਰਪਾ ਕਰਨੀ ਜੀ ਸੇਵਕ ਪਰਿਵਾਰ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਕਰੋਂ ਸਿੱਖੀ ਸਿਲਕ ਭਰੋਸਾ ਦਾਨ ਬਖਸ਼ਿਸ਼ ਕਰਨਾ ਪਰਿਵਾਰ ਵਿੱਚ ਅੱਗੇ ਵਾਸਤੇ ਸੁਖ ਸ਼ਾਂਤੀ ਬਖਸ਼ਿਸ਼ ਕਰਨੀ ਨਾਮ ਬਾਣੀ ਨਾਲ ਜੋੜਨਾ ਸੇਵਾ ਸੰਬੰਧੀਆਂ ਦਾਤਾਂ ਦੇਣੀਆਂ ਮਹਾਰਾਜ ਕਿਰਪਾ ਕਰੋ ਜੀ
हुक्म दे बख्शिश करो सच्चे पातशाह जी, हुक्म ते कलण दे समर्था बख्शो से प्यारे मेल जिना मिलिया तेरा नाम चेतावे नानक नाम चढ़दी कला तेरे भाणी सरबत दा भाव। ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ। ਦੁਹਰਾਇਆ ਗਿਆ ਪਈ ਅਕਾਲ ਕੀ ਸਭ ਸਿੱਖਾਂ ਦਾ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਮੁੱਖ ਮਿਲ ਬੁੱਧ ਹੈ ਰਾਜ ਕਰੇਗਾ ਖਾਲਸਾ ਵਾਰ ਹੋਏ ਸਭ ਮਿਲਾਂਗੇ। ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਬਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਬੋਲ ਸੋਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਦਾ ਖਾਲਸਾ ਵਾਹਿਗੁਰੂ। ਸ਼੍ਰਾਵਣ ਗੋਬਿੰਦ ਗੁਣ ਸੁਣੋ ਹਰ ਗਾਉ ਰਸਨਾ ਗੀਤ ਪਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ। ਵਾਹਿਗੁਰੂ ਸਾਹਿਬ ਦੇ ਧਨਾਸਰੀ ਮਹੱਲਾ ਪੰਜਵਾਂ ਵਾਹਿਗੁਰੂ ਸਾਹਿਬ ਦੇ ਸੰਤ ਕਿਰਪਾਲ ਦਿਆਲ ਦਮੋਦਰ ਕਾਮ ਕ੍ਰੋਧ ਵਿਖ ਜਾਰੀ ਰਾਜ ਮਾਲ ਜੋਬਨ ਤਨ ਜੀਆਰਾ ਇਨ ਉੱਪਰ ਲੈ ਬਾਰੇ ਸੰਤ ਕਿਰਪਾਲ ਦਿਆਲ ਦਮੋਦਰ ਕਾਮ ਕ੍ਰੋਧ ਵਿਖ ਜਾਰੀ ਰਾਜ ਮਾਲ ਜੋਬਨ ਤਨ ਜੀਆਰਾ ਇਨ ਉੱਪਰ ਲੈ ਬਾਰੀ ਮਨ ਤਨ ਰਾਮ ਨਾਮ ਹਿਤਕਾਰੀ ਸੁਖ ਸਹਜ ਆਨੰਦ ਮੰਗਲ ਸਾਹਤ ਪਵਨ ਦਪਾਰ ਉਤਾਰੀ ਧਨ ਸੁਥਾਨ ਧਨ ਏ ਭਵਨਾ ਜਾਮਹ ਸੰਤ ਪਸਾਰੇ ਜਨ ਨਾਨਕ ਕੇਸ਼ਵ ਦਾ ਪੂਰੋ ਠਾਕੁਰ ਭਗਤ ਤੇਰੇ ਨਮਸਕਾਰੀ ਧਨ ਸੁਥਾਨ ਧਨ ਏ ਭਵਨਾ ਜਾਮਾ ਸੰਤ ਬਸਾਰੇ ਜਨ ਨਾਨਕ ਦੇ ਸਰਦਾ ਪੂਰੋ ਠਾਕੁਰ ਭਗਤ ਤੇਰੇ ਨਮਸਕਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਿਤਾ
सत्संगा के स्वरूप एकत्र होए हैं कि गुरु का व्यक्ति कलाम अनंत सेवक सरदार गंभीर सिंह जी करके जितने उन्होंने उस आकार परमेश्वर वाहिगुरु वालों श्वासा की कुंजी प्राप्त हुई से उस परिवार वालों गुरबाणी के आधार प्राप्त करवाए गए उपरांत गुरु के पावन दरबार शब्द कीर्तन होए ने ते आप सारिया ही सिख संगत उन्होंने नगर होने वाले अंतम अरदास में भी शामिल होए हो सो सात संगत भी हूँ सभी बहुत ही सत्कार कीर्तन चिन्ह ही नायक के विश्व में आप श्रद्धा की प्रयत्न करेंगे नाले जिन्ना बुलाना है इन्होंने जिला के नाम आप साहेब श्री गुरु शामिल समूह सात संग जी फतेह प्रवान करो वाहेगुरु जी का खालसा वाहेगुरु जी की फतेह गुरबाणी फरमान है बादशाह शाह गुरबाणी मरना जो दिशा सो काल करना जो बजो सो बिल किसी भी रूप के इस संसार के सृष्टि के किसी की फदैश हुई है उसने एक दिन बहुत होना किन्ने ही दुनियावी रुख के बादशाह शाह बुखारी तिने ही रुख के वीर गुरजीत सिंह के हाणी रहे सारे जिंदगी दे चंगे परिवार के जन्म होया चंगी प्रोग्रेस हुई एजुकेशन हुई कारोबार हुए ये सारे ही रुपये का पानी रहा एक कमी रह गई उम्र का कोई नहीं मिल सकती उसने हंसने खेल के चेहरे जब भी मिलता उसके मुंह से मुस्कुराहट हमेशा देखी गई बदो बदी अखा नम हो रही है सानू तो पता नहीं से असं गुआ रेंगे केवल यह पता से क्योंकि जो स्कूल नगर कीर्तन की गल हुई सी बीबा राणो जी उत्साह बच्चों नगर कीर्तन आयोजित कराते जो गुरजीत सिंह पप्पी जी कि मिलते बड़े हंसके उसने कि उदासी वाली गल नहीं की एक गल का पता लगा सी उन्होंने दसिया से कि अस बच्चे के आवाज भी अमृतसर टिके हुए हैं इस पाने का सू पता नहीं सी अच्छे किसी होर मरीज का पता लैन गए थे मेडिसिटी के उत्तर बजुर्ग सरदार ईश्वर सिंह जी मिले तो किसी ने पता लगा किसी ने दसिया कि इस हफ्ते गुरजीत सिंह दाखिल है तो मैं इच्छा जाहिर की मिले जाए पर डॉक्टर साहबान की मनाही से नहीं मिल सकी मेरे नाल उन्होंने हर पीसी कितने मुलाजम रहा काम करता रहा पर मैं सारे उन्होंने गुणों का पता है पर जोड़ा मनुख अपने मुलाजम के नाल अजिहा वर्तारा करता है वो संसार वर्तारे का फिर पता लगता कहना मैं दुकान किए तो मैंने कहने भी हैप्पी जी मेरे घर ए सी पे है तो अपनी दुकान चाहता मेरे वास्ते स्पेयर है कहते मैं क्या नहीं मैं तो दुकान का जरा साजू हूँ तो होर बेनती करा दो स्थान वास्ते बेनती करा जब सेवा शुरू हुई कहते बड़े सांझ निरता होना कोई छोटी गल नहीं
ਉਸ ਸੰਪਰਦਾ ਵਿੱਚ ਵੀ ਬਹੁਤ ਉੱਚੀਆਂ ਸਿੱਧੀਆਂ ਸੇਵਾਵਾਂ ਇਸ ਪਰਿਵਾਰ ਵੱਲੋਂ ਨਿਭਾਈਆਂ ਜਾਂਦੀਆਂ ਰਹੀਆਂ। ਅੱਜ ਸਾਡੇ ਸਤਿਕਾਰਯੋਗ ਉਸ ਸਥਾਨ ਤੋਂ ਬਾਬਾ ਲੱਖਾ ਸਿੰਘ ਜੀ ਵੱਲੋਂ ਸਾਡੇ ਦਰਮਿਆਨ ਪੱਪੀ ਜੀ ਆਏ ਨੇ। ਉਹਨਾਂ ਨੇ ਵੀ ਵੀਰ ਦਿਲਜੀਤ ਸਿੰਘ ਪੱਪੀ ਨੂੰ ਸੰਸਥਾਵਾਂ ਸਮਾਜਿਕ ਸੇਵਾਵਾਂ ਨਿਭਾ ਰਹੀਆਂ ਸੰਸਥਾਵਾਂ ਦੇ ਨੁਮਾਇੰਦੇ ਇੱਥੇ ਬੈਠੇ ਨੇ। ਮੋਗੇ ਦੀ ਕਰੀਮ ਬੈਠੀ ਹੈ ਸਾਡੇ ਸਾਹਿਬ ਬਲਵੀਰ ਸਿੰਘ ਜੀ, ਐਮ ਸੀ ਸਾਹਿਬ ਸੁਰਿੰਦਰ ਸਿੰਘ ਗੋਗਾ ਜੀ, ਐਮ ਸੀ ਸਾਹਿਬ ਜਗਦੀਸ਼ ਚਾਵੜਾ ਜੀ, ਪ੍ਰੇਮ ਸਿੰਘ ਚੱਕੀ ਵਾਲੇ, ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਬੈਠੀਆਂ ਨੇ। ਜੇ ਮੈਂ ਨਾਮ ਲਵਾਂਗਾ ਤਾਂ ਗੱਲ ਲੰਬੀ ਹੋ ਜਾਣੀ ਹੈ। ਬਹੁਤ ਸਾਰੇ ਸ਼ੋਕ ਮੁੱਦੇ ਆਏ ਹੋਏ ਨੇ। ਡਾਕਟਰ ਮਾਲਤੀ ਥਾਪਾ ਜੀ, ਉਹਨਾਂ ਵੱਲ ਕਿਰਪਾਲਤਾ ਕਰਨੀ ਪੱਪੀ ਜੀ ਨਾਨਕਸਰ ਸਾਹਿਬ ਘਾਟਾ ਪਿਆ ਹੈ, ਸਾਰੀ ਜ਼ਿੰਦਗੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਿਆਰਿਆਂ ਸਿਰਮੇ ਹੋ ਜਿਸ ਆਗੇ ਮਰ ਚੱਲਦੀ ਹੈ, ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨ। ਗੁਰੂ ਨਾਨਕ ਸਾਹਿਬ ਬਾਲਾ ਅਤੇ ਮਰਦਾਨਾ ਤਿੰਨੋਂ ਤੁਰੀ ਜਾ ਰਹੇ ਸਨ। ਗੁਰੂ ਨਾਨਕ ਸਾਹਿਬ ਨੇ ਬਾਲੇ ਨੂੰ ਪੁੱਛਿਆ, ਬਾਲਿਆ ਭਲਾ ਤੇਰੀ ਮੌਤ ਕਿੰਨੀ ਕੁ ਯਾਦ ਆ। ਬਾਲੇ ਨੇ ਬੇਨਤੀ ਉੱਤੇ ਜਵਾਬ ਦਿੱਤਾ, ਸੱਚੇ ਪਾਤਸ਼ਾਹ ਮੇਰੀ ਤਾਂ ਮੌਤ ਇੰਨੀ ਯਾਦ ਹੈ ਕਿ ਜਿਹੜਾ ਅੱਜ ਦਿਨ ਚੜਿਆ ਹੈ ਪਤਾ ਨਹੀਂ ਕੱਲ ਨੂੰ ਚੜ੍ਹਨਾ ਹੈ ਜਾਂ ਨਹੀਂ। ਇਹੀ ਸਵਾਲ ਆਪਣੇ ਮਰਦਾਨੇ ਨੂੰ ਕੀਤਾ, ਤੇਰੇ ਭਲਾ ਮੌਤ ਕਿੰਨੇ ਕੁ ਯਾਦ ਹੈ। ਉਹਨਾਂ ਫਿਰ ਇਹੀ ਜਵਾਬ ਦਿੱਤਾ ਕਿ ਸੱਚੇ ਪਾਤਸ਼ਾਹ ਜਿਹੜਾ ਕਦਮ ਪੱਟਿਆ ਹੈ ਪਤਾ ਨਹੀਂ ਦੂਸਰਾ ਕਦਮ ਪੱਟਣਾ ਹੈ। ਦੋਨਾਂ ਨੇ ਇਹੀ ਸਵਾਲ ਗੁਰੂ ਨਾਨਕ ਸਾਹਿਬ ਨੂੰ ਕਿਹਾ, ਭਲਾ ਆਪ ਜੀ ਦੀ ਮੌਤ ਕਿੰਨੀ ਕੁ ਯਾਦ ਹੈ। ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਸਾਡੇ ਤਾਂ ਮੌਤ ਇੰਨੀ ਯਾਦ ਹੈ ਕਿ ਜਿਹੜਾ ਸਾਹ ਬਾਹਰ ਕੱਢਿਆ ਹੈ ਪਤਾ ਨਹੀਂ ਉਹ ਮੁੜ ਕੇ ਦੂਸਰਾ ਆਉਣਾ ਹੈ। ਅੱਜ ਸੱਚਮੁੱਚ ਹੀ ਨਦੀਆਂ ਦੇ ਬਿਆਨ ਵਿਛੜ ਗਈਆਂ, ਜਿਹੜੀ ਨਦੀ ਠਰ ਠਰ ਮਾਰਦੀ ਹੋਈ ਨਾਨਕ ਸਰਨ ਨਦੀ ਠਰ ਠਰ ਮਾਰਦੀ ਹੋਈ ਨਾਨਕ ਸਾਹਿਬ ਲੱਭਦੀ ਸੀ, ਅੱਜ ਉਹ ਨਦੀ ਸਾਨੂੰ ਸੰਪੂਰਨ ਨਜ਼ਰ ਨਹੀਂ। ਮਾਘ ਮਹੀਨੇ ਦੇ ਵਿੱਚ ਸੰਗਤ ਦੀ ਤਾਂ ਸੇਵਾ ਸਾਰੇ ਕਰਦੇ ਨੇ, ਪਰ ਜੋ ਭਾਈ ਸਾਹਿਬ ਭਾਈ ਬੱਕੀ ਸਿੰਘ ਜੀ ਨੇ ਉੱਥੇ ਗਰੀਬਾਂ ਨੂੰ ਆਪਣੇ ਹੱਥੀ ਜਿਹੜੇ ਨਹੀਂ ਖਾ ਸਕਦੇ ਸੀਗੇ ਪ੍ਰਸ਼ਾਦਾ, ਉਹਨਾਂ ਨੂੰ ਆਪਣੇ ਹੱਥੀ ਆਪਣੇ ਮੂੰਹ ਚੋਂ ਨਾਲ ਦੇ ਖਾਂਦੇ ਹੁੰਦੇ ਸੀਗੇ। ਨਾ ਜਿੰਨੇ ਵੀ ਇਹਨਾਂ ਦੇ ਸਹਾਇਕ ਹੁੰਦੇ ਸੀਗੇ, ਉਹਨਾਂ ਦੇ ਜੱਜੇ ਜੀ ਵੀ ਸੀ, ਸਾਰੇ ਸੰਯੋਗ ਇੱਥੇ ਬੈਠੇ ਨੇ, ਉਹ ਸਭ ਨੂੰ ਪਤਾ ਹੈ ਕਿ ਇਹਨਾਂ ਨੇ ਕਿਤਨੀ ਕੁ ਸੇਵਾ ਕਿਤਨਾ ਕੁ ਨਜ਼ਾਰਾ ਲਿਆ ਹੈ। ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਗਏ ਨੇ ਤੇ ਆਨੰਦ ਮਾਣ ਰਹੇ ਨੇ ਤੇ ਪੰਜ ਵਾਰ ਦਾਸ ਸਤਨਾਮ ਸ੍ਰੀ ਵਾਹਿਗੁਰੂ ਕਹੇਗਾ ਤੇ ਪੰਜ ਵਾਰ ਹੀ ਸਾਰੀ ਸੰਗਤ ਨੇ ਕਹਿਣਾ ਹੈ ਤਾਂ ਕਿ ਤੁਹਾਡੀ ਵੀ ਸ਼ਰਧਾਂਜਲੀ ਉਸ ਪਿਛੜੀ ਆਤਮਾ ਨੂੰ। ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਆਓ ਆਪਾਂ ਸਾਰੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਿਹੜੀ ਅਰਦਾਸ ਕਰੀਏ, ਉਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਤੇ ਨਿਵਾਸ ਦੇ ਅਤੇ ਪਰਿਵਾਰ ਦੇ ਸਿਰ 'ਤੇ ਆਪਾਂ ਜੇ ਭਰਿਆ ਹੱਥ ਰੱਖੋ ਅਤੇ ਉਹਨਾਂ ਨੂੰ ਭਾਣਾ ਮੰਨਣ ਦੀ ਕਾਰਨ ਰੱਖੋ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਾਏ ਪਾਏ ਧੰਨਵਾਦ ਜੀ ਭਾਈ ਪੱਪੇ ਜੀ ਵੱਲੋਂ ਨਾਨਕ ਸਾਹਿਬ ਸੰਗਤਾਂ ਦਾ ਉਸਨੂੰ ਭਾਈਆਂ ਸੇਵਾਵਾਂ ਦਾ ਜ਼ਿਕਰ ਕੀਤਾ ਹੈ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਗੁਰਸਥਾਨ ਜੋ ਇਹ ਗੁਰਸਥਾਨ ਦੇ ਵਿੱਚ ਆਪਾਂ ਬੈਠੇ ਹਾਂ ਇਸ ਪਰਿਵਾਰ ਦਾ ਬਹੁਤ ਸਾਡੇ ਸਤਿਕਾਰਯੋਗ ਬਜ਼ੁਰਗ ਸਰਦਾਰ ਕੀਸ਼ਰ ਸਿੰਘ ਜੀ ਉਹ ਗੁਰੂ ਦੀ ਗੋਦ ਵਿੱਚ ਆਉਣ, ਸੰਤ ਬਾਬਾ ਗੁਲਾਬ ਸਿੰਘ ਘੋੜੀਆ ਤੋਂ ਪਾਤਸ਼ਾਹ ਭਾਈ ਦਵਿੰਦਰ ਸਿੰਘ ਜੋ ਸੇਵਾਵਾਂ ਨੂੰ ਆ ਰਹੇ ਨੇ ਉਹਨਾਂ ਵੱਲੋਂ ਪਹਿਲਾਂ ਬਜ਼ੁਰਗਾਂ ਨੂੰ ਸਰਦਾਰ ਕੀਸ਼ਰ ਸਿੰਘ ਜੀ ਨੂੰ ਗੁਰਸਥਾਨ ਵੱਲੋਂ ਸੁਣਾਉਂਦੇ ਸੋਨਿਹਾਲ ਗੁਰਦਰਸ਼ਨ ਸੇਵਾ ਸਾਡੇ ਮੋਗਾ ਵੱਲੋਂ ਵੀਰਾਂ ਨੂੰ ਬੰਦਕਾਂ ਨੂੰ ਬੇਨਤੀ ਹੈ ਕਿ ਉਹ ਦਸਤਾਰ ਲੈ ਕੇ ਗੁਰਪੁਰ ਵਿੱਚ ਆਉਣ। ਭਾਈ ਗੁਰਪ੍ਰੀਤ ਸਿੰਘ ਜੀ ਬੰਟੀ ਜੀ ਦਸਤਾਰ ਪ੍ਰਾਪਤ ਕਰਨਗੇ। ਸਤਿ ਸ਼੍ਰੀ ਅਕਾਲ ਜੀ। ਬੇਨਤੀ ਹੈ ਗੁਰੂ ਕੀ ਦੇਵ ਆਪਣੇ